ਸਾਢੇ ਪੰਜ ਕਰ ਲਓ, ਸਾਢੇ ਪੰਜ ਮੇਰੀ ਵੀ ਥੋੜ੍ਹੀ ਤਬੀਅਤ ਠੀਕ ਨਹੀਂ ਹੈਗੀ, ਮੇਰਾ ਗਲਾ ਡਾਊਨ ਹੋਇਆ, ਫਿਰ ਵੀ ਮੈਂ ਗਾ ਰਿਹਾ। ਤੂੰ ਕਿਰਪਾ ਕਰ ਮਈਆ ਮਈਆ, ਕੀਰਤਨ ਕਰਵਾਊਗਾ ਕੀਰਤਨ ਕਰਾਉਂ ਐਸਾ ਐਸਾ, ਮੈਂ ਸਭ ਕੋ ਬੁਲਾਊਂਗਾ। ਇਤਿਹਾਸ ਤਾਂ ਆਪਾਂ ਬਣਾ ਨਹੀਂ ਸਕਦੇ ਕਿਉਂਕਿ ਮਹਾਮਾਈ ਆਪਾਂ ਹੈ ਨਹੀਂ। ਆਓ ਸਾਰਿਆਂ ਨੇ ਨੱਚ ਕੇ ਹਾਜ਼ਰੀ ਲਵਾਣੀਏ, ਕੀ ਕਹਿਣਾ? ਤੂੰ ਕਿਰਪਾ ਕਰ ਮਈਆ ਕੀਰਤਨ ਕਰਵਾਊਂਗਾ, ਤੂੰ ਕਿਰਪਾ ਕਰ ਮਈਆ ਕੀਰਤਨ ਕਰਵਾਊਂਗਾ। ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਉਹ ਦੋਨੋਂ ਕਲਾਕਾਰ ਗਾ ਕੇ ਕਹਿੰਦੇ ਤੁਸੀਂ ਇੰਨਾ ਨੱਚੇ, ਥੋੜ੍ਹਾ ਮੋਟਾ ਮੇਰਾ ਵੀ ਮਾਣ ਰੱਖ ਲਓ, ਥੋੜ੍ਹਾ ਥੋੜ੍ਹਾ ਅੱਗੇ ਆ ਜਾਓ ਆ ਜਾਓ ਆ ਜਾਓ ਆ ਜਾਓ। ਮਹਾਮਾਈ ਦੇ ਲਈ ਨੱਚਣਾ, ਮੇਰੇ ਲਈ ਨਹੀਂ ਨੱਚਣਾ, ਠੀਕ ਹੈ? ਜੋ ਆਪਣੇ ਘਰੇ ਕੀਰਤਨ ਕਰਵਾਉਣਾ ਚਾਹੁੰਦਾ ਮਾਤਾ ਰਾਣੀ ਦਾ, ਉਹੀ ਇਸ ਦਰਬਾਰ 'ਤੇ ਨੱਚੂਗਾ, ਠੀਕ ਹੈ? ਆ ਜਾਓ ਅੱਗੇ ਆ ਜਾਓ ਸਾਰੇ ਜਣੇ ਭਗਤ ਜੀ, ਮੇਰੇ ਬਾਰੇ ਸਾਰੇ ਲੋਕ ਅੱਗੇ ਕਿੱਥੇ ਗਏ ਮੇਰੇ ਵੀਰ, ਸਾਰੇ ਜਣੇ ਅੱਗੇ ਆ ਜਾਓ, ਮੈਂ ਗੁਜ਼ਾਰਿਸ਼ ਕਰਦਾ। ਤੂੰ ਕਿਰਪਾ ਕਰ ਮਈਆ ਕੀਰਤਨ ਕਰਵਾਊਂਗਾ, ਤੂੰ ਕਿਰਪਾ ਕਰ ਮਈਆ ਕੀਰਤਨ ਕਰਵਾਊਂਗਾ, ਕੀਰਤਨ ਕਰਾਉਂ ਐਸਾ ਕੀਰਤਨ ਕਰਾਉਂ ਐਸਾ, ਮੈਂ ਸਭ ਕੋ ਬੁਲਾਊਂਗਾ ਕਰਾਉਂ ਐਸਾ। ਜਿਹੜੇ ਪਿੱਛੇ ਭਗਤ ਖੜੇ ਨੇ ਅੱਗੇ ਆਓ ਜੀ, ਤੁਸੀਂ ਸਾਰੇ ਜਾਣੇ ਅੱਗੇ ਆਓ, ਐਵੇਂ ਤਾਂ ਤੁਸੀਂ ਨੱਚਣਾ ਨਹੀਂ, ਅੱਗੇ ਆਓ ਆ ਜਾਓ ਅੱਗੇ ਆ ਜਾਓ। ਮਹਾਮਾਈ ਬੁਲਾ ਰਹੀ ਹੈ, ਮੈਂ ਨਹੀਂ ਬੁਲਾਉਂਦਾ, ਅੱਗੇ ਆ ਜਾਓ ਆ ਜਾਓ ਆ ਜਾਓ। ਭਗਤ ਜੀ ਤੁਸੀਂ ਆਪਣੇ ਘਰੇ ਕੀਰਤਨ ਨਹੀਂ ਕਰਵਾਉਣਾ ਚਾਹੁੰਦੇ? ਤੁਸੀਂ ਚਾਹੁੰਦੇ ਨਹੀਂ ਕਿ ਮਾਤਾ ਰਾਣੀ ਸਾਡੇ ਘਰ ਆਵੇ? ਏਡੇ ਵੱਡੇ ਦਰਬਾਰ 'ਤੇ ਆਏ ਹੋ, ਨੈਣਾ ਦੇਵੀ ਆਏ ਹੋ, ਆਪਾਂ ਆਪਣੇ ਘਰੇ ਤਾਂ ਬੈਠੇ ਨਹੀਂ, ਖੜ੍ਹੇ ਹੋ ਜਾਓ, ਦੋ ਮਿੰਟ ਲਈ ਹੋ ਜਾਓ ਦਰਬਾਰ 'ਤੇ ਆਏ ਹੋ, ਮਾਤਾ ਰਾਣੀ 'ਤੇ ਤੁਸੀਂ ਵੀ ਖੜ੍ਹੇ ਹੋ ਜਾਓ ਜੀ। ਵਹੀ ਬਤੀ ਜੋ ਕੇ ਸਿਲਵਾਊਂਗਾ, ਵਹੀ ਬਤੀ ਜੋ ਕੇ ਸਿਲਵਾਊਂਗਾ, ਔਰ ਮੇਰ ਬੇਟੀਓ ਕੇ ਗਹਿਣੇ ਬਨਵਾਊਂਗਾ, ਮੇਰ ਬੇਟੀਓ ਕੇ ਗਹਿਣੇ ਬਨਵਾਊਂਗਾ। ਉਹ
कराऊं ऐसा मैं।